ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਭੁੱਲੇ ਪੰਜਾਬ ਦੇ ਕੈਬਨਿਟ ਮਿਨਿਸਟਰ ਰਾਣਾ ਗੁਰਜੀਤ ਸਿੰਘ ਮੀਡੀਆ ਵੱਲੋਂ ਆਜ਼ਾਦੀ ਦਿਵਸ ਦੱਸੇ ਜਾਣ ਤੇ ਬੋਲੇ, ਆਜ਼ਾਦੀ ਦਿਵਸ ਦੀ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪੁਲਿਸ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਮੀਡੀਆ ਦੇ ਰੂਪ ਨੂੰ ਹੁੰਦੇ ਸਮੇਂ ਆਜ਼ਾਦੀ ਦਿਹਾੜੀ ਦੀ ਜਗ੍ਹਾ ਗਣਤੰਤਰ ਦਿਵਸ ਦੀ ਲੋਕਾਂ ਨੂੰ ਵਧਾਈ ਦੇ ਦਿੱਤੀ ਅਤੇ ਮੀਡੀਆ ਵੱਲੋਂ ਆਜ਼ਾਦੀ ਦਿਵਸ ਦੱਸੇ ਜਾਣ ਤੇ ਆਪਣੀ ਭੁੱਲ ਨੂੰ ਸੁਧਾਰਿਆ। ਆਜ਼ਾਦੀ ਦਿਵਸ ਤੇ ਮੈਂ ਪੰਜਾਬ ਵਾਸੀਆਂ ਨੂੰ ਪੰਜਾਬ ਸਰਕਾਰ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿਹੜਾ ਸੁਨੇਹਾ ਕਿ ਸਾਡਾ ਪੰਜਾਬ ਨੌਜਵਾਨੀ ਬੱਚੇ ਨਸ਼ੇ ਰੋਕੇ ਜਾਣ, ਬੱਚਿਆਂ ਦਾ ਇਲਾਜ ਕੀਤਾ ਜਾਵੇ ਔਰ ਪੰਜਾਬ ਜਿਹੜਾ ਹਰ ਵਰਗ ਦੇ ਵਿੱਚ ਹਰ ਫੀਲਡ ਦੇ ਵਿੱਚ ਪਿਛੜ ਗਿਆ। ਜਾਗਤੀ ਲੈ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਹਰਜੀਤ ਗਰੇਵਾਲ ਦੇ ਨਾਲ ਅਮਨ ਮਾਹਲ ਦੀ ਰਿਪੋਰਟ।